समा अपनी रफ्तारे तुरिया जा रहा। दो नगमे हले नाल कहण दा यतन करा। मेरे तो बाद ज्ञानी महल सिंह जी चंडीगढ़ वाले पंथ दा सरमौर कमिश्नरी जथा उन्होंने हाजरियां देनियां। आओ मैं वार कहण लगा। वार कहिंदे आ हले नूं, कहिंदे जदों टेलीफोन ते कुलदीप बराड़ दसदा बीबी इंदिरा गांधी नूं, कहिंदा टेलीफोन ते दसदा बीबी मसला बड़ा गंभीर, जित यकीनी राणी तेरी हार अखीर। खालसा जी तीन दिन दरबार साहब की परिक्रमा च पैर नहीं पाउण दिता, क्योंकि मां ने नहीं पुत जमया लै जू भिंडरां वाले जिहड़ा फड़ के। ते फिर इन्हां ने हेलीकॉप्टर राही 262 फौजी अकाल तख्त साहिब दी छत दे उत्ते उतारे के बरमियां दे नाल सरंगा पुट के अकाल तख्त साहिब च बढ़ जाओ। गिणती दे सिंह ने उन्हां नूं गिरफ्तार कर लिया, पर जेड़े फौजी गए ना जदों वापस आए किसी की लत है नहीं तो किसी की बांह है। 14 अफसर जालमा ने भेजे समझौता करन वास्ते के संत जी ਸਾਡੀ ਗੱਲ ਮੰਨ ਲਵੋ, ਗ੍ਰਿਫਤਾਰੀ ਦੇ ਦਿਓ, 2 ਅਰਬ ਅਮਰੀਕੀ ਡਾਲਰ ਆਪ ਜੀ ਦੇ ਅਕਾਊਂਟ ਦੇ ਵਿੱਚ ਪਾ ਦੇਣਗੇ, ਅਮਰੀਕਾ ਦੀ PR ਲੈ ਦੇਵਾਂਗੇ, ਹੁਣੇ ਐਮਰਜੈਂਸੀ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਵਾਂਗੇ। ਪਰ ਸੰਤ ਜੀ ਕਹਿੰਦੇ ਮੈਂ ਥੁੱਕਦਾ ਤੁਹਾਡੇ ਲਾਲਚਾਂ ਦੇ ਉੱਤੇ, ਜਿਹੜੇ ਆਪ ਨਹੀਂ ਵਿਕੇ ਅੱਜ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ। ਜਿਹੜੇ ਆਪ ਵਿਕ ਗਏ ਹੱਥ ਖੜੇ ਕਰਕੇ ਤੁਰ ਗਏ ਉਹਨਾਂ ਨੂੰ ਲੋਕ ਲਾਂਤਾਂ ਪਾਉਂਦੇ ਆ, ਗਦਾਰਾਂ ਦੀ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ। ਖਾਲਸਾ ਜੀ ਫਿਰ ਹੈਲੀਕਾਪਟਰ ਰਾਹੀਂ ਪਾਣੀ ਦੀ ਟੈਂਕੀ ਚ ਪਾ ਕੇ ਪਾੜ 4 ਜੂਨ 5 ਜੂਨ 6 ਜੂਨ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਤੋਪਾਂ ਤੇ ਟੈਂਕ ਬਾੜੇ ਗਏ। ਤੋਪਾਂ ਤੇ ਟੈਂਕਾਂ ਦੇ ਗੋਲੇ ਪਰਾਉਂਦੇ ਆ, ਗੁਰੂ ਕੇ ਲਾਲ ਮੂੰਹ ਮੋੜਮੀ ਭਾਜੀ ਪਾਉਂਦੇ ਆ, ਕਹਿੰਦੇ ਟਕਾ ਟਕ ਵੱਜਦੇ ਨਗਾਰੇ ਵੇਖੋ ਬੋਲੇ ਸੋਨੇ ਗੂੰਜਦੇ ਜਕਾਰੇ ਨੇ, ਠਾ ਠਕ ਗੋਲੀਆਂ ਦੀ ਗੂੰਜ ਪੈਂਦੀ ਲਾਂਡਰਾਂ ਵਾਲਿਆ ਸਿੰਘ ਖਾਲਸੇ ਵੀ ਭਾਰੇ ਨੇ। ਖਾਲਸਾ ਜੀ ਚਾਲਮਾ ਨੇ ਤੋਪਾਂ ਟੈਂਕਾਂ ਦੇ ਗੋਲਿਆਂ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਢਟੇਰੀ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਕੇ ਲਾਲ ਸ਼ਹਾਦਤਾਂ ਦੇ ਜਾਮ ਪੀ ਰਹੇ ਆ। ਖਾਲਸਾ ਜੀ ਭਾਈ ਅਮਰੀਕ ਸਿੰਘ ਵਰਗੇ ਯੋਧੇ, ਜਨਰਲ ਸੁਬੇਗ ਸਿੰਘ ਵਰਗੇ ਯੋਧੇ, ਬਾਬਾ ਅਮਰੀਕ ਸਿੰਘ, ਬਾਬਾ 18 ਸਿੰਘ ਵਰਗੇ ਯੋਧੇ, ਭਾਈ ਰਸ਼ਪਾਲ ਸਿੰਘ ਵਰਗੇ ਯੋਧੇ, ਭਾਈ ਮਹਿੰਗਾ ਸਿੰਘ ਬੱਬਰ ਵਰਗੇ ਯੋਧੇ ਸ਼ਹਾਦਤਾਂ ਦੇ ਜਾਮ ਪੀਂਦੇ ਆ। ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਆ, ਕੋਈ ਕਿਸੇ ਕੋ ਰਾਜ ਨਾ ਦੇ। ਜੋਲੇ ਹੈ ਰਾਜ ਬਲ ਸੇ ਲੇ ਹੈ, ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕਿ ਰਾਜ ਭਾਗ ਤਖਤੋਂ ਤਾਜ ਹੋ ਕਦੇ ਤਰਲਿਆਂ ਨਾਲ ਨਹੀਂ ਮਿਲਦੇ। ਕੌਮ ਦੇ ਜਰਨੇਲਾਂ ਨੂੰ ਰਣ ਤੱਤੇ ਵਿੱਚ ਜੂਝਣਾ ਪੈਂਦਾ, ਸਿਰ ਧੜਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ, ਸਿਰ ਧੜਦੀਆਂ ਬਾਜ਼ੀਆਂ ਲਾਉਣ ਲਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਨਾਲ ਦੇ ਯੋਧੇ ਸ਼ਹਾਦਤਾਂ ਦੇ ਜਾਮ ਪੀ ਰਹੇ ਆ ਨਾ, ਸਿੰਘਾਂ ਨੂੰ ਇਕੱਤਰ ਕੀਤਾ, ਭਾਈ ਜਿਹੜੇ ਜਾਣਾ ਚਾਹੁੰਦੇ ਆ ਜਾ ਸਕਦੇ ਆ, ਪਰ ਅਸੀਂ ਤੇ ਹਰ ਇੱਕ ਸਟੇਜ ਦੇ ਉੱਤੇ ਕਿਹਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸਾਡੇ ਬਾਪੂ ਦਾ ਹੁਕਮ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸੁਪਨਾ ਕੀ ਰੇਣੁਕਾ, ਆਓ ਹਮਾਰੇ ਪਾਸ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਤਲੀ ਮੇਰੀ ਆਓ, ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੰਤਾਂ ਨੇ ਸੋਧਿਆ ਅਰਦਾਸਾ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਤੁ ਜਿਤੁ, ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਤ, ਆਵੇ ਧਾਏ ਸਭ ਥਾਈ ਹੋਏ ਸਹਾਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ, ਸਿਮਰ ਕੇ 10 ਪਾਤਸ਼ਾਹੀਆਂ ਨੂੰ, ਸਿਮਰ ਕੇ ਸ਼ਹੀਦਾਂ ਮਰੀਦਾਂ ਨੂੰ, ਯੋਧੇ ਨੇ ਪੜਿਆ ਕਾਰਦੰ ਕਾਤੀ ਕਟਾਰੀ ਕੜਾਕੰ ਤਕੜਦੰ ਤੀਰੰ ਤੁਕੰ ਤੜਾਕੰ ਚਾੜਦੰ ਨਾੜਦੰ ਬਾੜਦੰ ਬਾਜੇ ਕੜਦੰ ਗਾਜੀ ਹਾਂ ਗੱਜ ਗਾਜੇ, ਉਹਨੇ ਪੜਿਆ ਕਨੰਦ ਮਾਮਾ ਬਾਜੀ ਉਪਰ ਨਸਾਨੇ ਕਾਉ ਖੇ ਜੋ ਮੰਡ ਸੂਰਮਾ ਜੁਜਰ ਕੋ ਦਾਓ ਸੂਰਾ ਸੋ ਪਹਿਚਾਨੀ ਜੋ ਲਰਾ ਦੀਨ ਕਾ ਹੈ ਤੋ ਪਰਜਾ ਪਰਜਾ ਕਾਟ ਕਭੂ ਨਾ ਛਾਟੇ ਖੇ, ਉਹਨੇ ਪੜਿਆ ਕਾ ਖੰਡ ਬਿਹੰਡ ਖਾਦਲ ਖੰਡ ਅਦਰ ਮੰਡਨ ਭਰ ਪੰਡ ਬੋ ਦੰਡੇ ਖੰਡ ਤੇਜ ਪ੍ਰਚੰਡ ਜੋਤ ਮੰਡ ਪਾਨ ਪ੍ਰਭੰ ਸੁਖਸੰਤਾ ਕਰਨ ਦੁਰਮਤ ਦਰਨ ਕਿਲਵ ਖਰਨ ਆਸਰਨ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰਨ ਪਾਰਨ ਜਾਤੇ ਗੰਗ ਜਾਤੇ ਸ੍ਰੀ ਜਾਤੇ ਗੰਗ
ਕਿ ਬੈਰੀ ਦੀਆਂ ਫੌਜਾਂ ਸਾਹਮਣੇ ਯੋਧੇ ਨੇ ਛੱਡੇ ਜਕਾਰੇ ਬਈ ਮਾਰੇ ਲਲਕਾਰੇ ਮੈਦਾਨੇ ਜੰਗ ਦੇ ਅੰਦਰ ਕਹਿਰੀ ਹੱਲਾ ਕੀਤਾ ਬਲਬਲਾ ਜਦੋਂ ਸੀ ਕਮਾਂਡ
ਲੜਦਾ ਫੌਜ ਨਾਲ ਉਹ ਲੜਦਾ ਫੌਜ ਨਾਲ ਪਿੰਡ ਦਾ ਪਾਲਣਾ ਹੋ ਗਿਆ ਲਾੜੀ ਮੌਤ ਹੱਸ ਕੇ ਕੁਰਬਾਨੀ ਦਾ ਰਾਹ ਜਿਹੜੇ ਉਹ ਤਾਂ ਭਟਕਦੇ ਭਟਕਦੇ ਉਹ ਭਟਕ ਜਾਂਦੇ ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ ਬੁਸ ਦਿਲ ਅਟਕਦੇ ਅਟਕਦੇ ਅਟਕ ਜਾਂਦੇ ਜੋ ਦੇ ਸੂਰਮੇ ਸਿਰਾਂ ਦੇ ਕਰਨ ਸੌਦੇ ਬੇਸ਼ੱਕ ਝਟਕਦੇ ਝਟਕਦੇ ਉਹ ਝਟਕ ਜਾਂਦੇ ਆਸ਼ਕ ਸੂਰਮੇ ਦੇਸ਼ ਬਚਾਉਣ ਖਾਤਰ ਸੂਲੀ ਲਟਕਦੇ 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 ਲਟਕ ਜਾਂਦੇ ਤੇਗ ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਆ ਉਹ ਟੱਠੇ ਦਿਲਾਂ ਦੀ ਉਹ ਉਮੀਦ ਹੁੰਦੇ ਤੇ ਕਤਲ ਗਾਹਾਂ ਵੀ ਪੁੱਜੀਆਂ ਜਾਂਦੀਆਂ ਨੇ ਲਾਲ ਮਾਵਾਂ ਦੇ ਜਿੱਥੇ ਸ਼ਹੀਦ ਹੁੰਦੇ ਖਾਲਸਾ ਜੀ ਜੋ ਆਸ਼ਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਸਮਝ ਕਰ ਖਲੋਨਾ ਜਿਸਮ ਆਪਣੇ ਕੋ ਖੁਸ਼ੀ ਸੇ ਫੋੜ ਦੇਤੇ ਹੈ ਨਾ ਵੋ ਤਾਜ਼ੋ ਤਖਤੋਂ ਕੀ ਹਸਰਤ ਨਾ ਹੂਰੋਂ ਕੀ ਆਲਮ ਅਗਰ ਖੁਦਾ ਖੁਦਾਈ ਵੀ ਦੇ ਤੋ ਵਾਪਸ ਮੋੜ ਦੇਤੇ ਸੰਤ ਗਿਆਨੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਕਾਲ ਤਖਤ ਦੇ ਹਿੱਤ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਗਾ ਖਾਲਸਾ ਜੀ